ਕਲ ਸਾਹਿਬ ਇਹ ਦੱਸੋ ਵੀ ਸਫਲ ਖੇਤੀ ਕਰਨ ਲਈ ਤੁਸੀਂ ਕੀ ਕਿੱਦਾਂ ਤੁਹਾਨੂੰ ਲਾਈਫ ਦੇ ਵਿੱਚ ਜੂਝਣਾ ਪਿਆ? ਕਲਸੀ ਸਾਹਿਬ ਗੱਲ ਇਹ ਵੀ ਜਦੋਂ ਕੋਈ ਬੰਦਾ ਹਰ ਪਾਸਿਓਂ ਫੇਲ ਹੋ ਜਾਵੇ ਨਾ ਤਾਂ ਇੱਕ ਸਟੇਜ ਐਸੀ ਆਉਂਦੀ ਹੁੰਦੀ ਆ ਜਿਹਦੇ 'ਚ ਆ ਕੇ ਉਹਨੂੰ ਇੱਕ ਮਗਰਲਾ ਹੀ ਚਾਂਸ ਮੈਂ ਕਹਾਂਗਾ ਮਿਲਦਾ ਹੁੰਦਾ ਉਸ ਨੂੰ ਤਰੱਕੀ ਨੂੰ ਲੈਣ ਵਾਸਤੇ ਜਾਂ ਉਹਨੂੰ ਪਾਸ ਹੋਣ ਵਾਸਤੇ। ਸੋ ਮੈਨੂੰ ਵੀ ਵਾਹਿਗੁਰੂ ਨੇ ਇੱਕ ਮਗਰਲਾ ਚਾਂਸ ਬਖਸ਼ਿਆ। ਮੈਂ 11 ਸਾਲ ਬਿਲਕੁਲ ਫੇਲ ਹੁੰਦਾ ਰਿਹਾ ਆਪਣੀ ਜ਼ਿੰਦਗੀ 'ਚ, ਭਾਵੇਂ ਮੈਂ ਇੰਟਰਨੈਸ਼ਨਲੀ ਫੁੱਟਬਾਲ ਵੀ ਖੇਡਿਆ, ਨੇਵੀ 'ਚ ਵੀ ਰਿਹਾ, ਇੰਜੀਨੀਅਰਿੰਗ ਕਾਲਜ 'ਚ ਵੀ ਗਿਆ, ਲੇਕਿਨ ਕਾਮਯਾਬੀ ਨਾ ਮਿਲੀ। ਤੋ ਅਖੀਰ ਨੂੰ ਮੈਂ ਨੇਵੀ ਛੱਡਣ ਦਾ ਵਿਚਾਰ ਬਣਾਇਆ ਅਤੇ ਮੈਂ ਫਿਰ ਆ ਕੇ ਜਿਹੜੀ ਹੈ ਇਹ 1964 'ਚ ਵਿਆਹ ਹੋਣ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਔਰ ਮੈਨੂੰ ਪੂਰੀ ਕਾਮਯਾਬੀ ਇਹਦੇ 'ਚ ਮਿਲੀ ਇਸ ਕਿੱਤੇ ਦੇ ਵਿੱਚ। ਗਰਵਾਲ ਸਾਹਿਬ, ਇਸ ਕਾਮਯਾਬੀ ਦੇ ਵਿੱਚ ਕਿਹਦਾ ਹੱਥ ਸੀ ਜ਼ਿਆਦਾ? ਕਲਸੀ ਸਾਹਿਬ ਹੱਥ ਤਾਂ ਆਇਆ ਵੀ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਪਰਮਾਤਮਾ ਦੀ ਮਿਹਰ। ਫਿਰ ਉਹਨੇ ਹੁਕਮ ਦਿੱਤਾ, ਮੇਰਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਮੈਨੂੰ ਮੇਰੀ ਜਿਹੜੀ ਲਾਈਫ ਪਾਰਟਨਰ ਸੀ ਜਾਂ ਮੇਰੀ ਵਾਈਫ ਸੀ ਐਸੀ ਮਿਲੀ ਜਿਹਦੇ ਕਿ ਜੇ ਮੈਂ ਜਿੰਨਾ ਵੀ ਸਤਿਕਾਰ ਕਰ ਸਕਾਂ। ਉਹਦੀ ਡੈਥ ਤਾਂ ਹੋ ਗਈ ਸੀ 95 ਦੇ ਵਿੱਚ, ਅਤੇ ਉਹਦੇ ਹੀ ਇੱਕ ਮੇਨ ਕਾਰਨ ਸੀ ਮੈਨੂੰ ਜਿਹਦੀ ਕਾਮਯਾਬੀ ਜਿਹੜਾ ਮਿਲਣ ਦਾ। ਉਹਨੇ ਮੇਰੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਕੰਮ ਕੀਤਾ ਔਰ ਤੁਹਾਨੂੰ ਹੈਰਾਨੀ ਹੋਊਗੀ, ਹਾਲਾਂਕਿ ਉਹ ਇੱਕ ਟਰਾਂਸਪੋਰਟਰਾਂ ਦੀ ਲੜਕੀ ਸੀਗੀ ਔਰ ਜਦੋਂ ਬੰਦਾ ਫੇਲ ਹੋਇਆ ਹੁੰਦਾ ਤਾਂ ਉਹ ਬਹੁਤ ਟਾਈਮ ਦਿਲ ਵੀ ਛੱਡ ਜਾਂਦਾ। ਮੈਂ ਬੰਬਈ ਸੀਗਾ ਉਸ ਵੇਲੇ, ਮੈਂ ਉਹਨੂੰ ਚਿੱਠੀ ਲਿਖੀ ਵੀ ਕਿ ਮੈਂ ਇੱਕ ਨਲਾਇਕ ਮੁੰਡਾ ਵਾਂ, ਉਸ ਵੇਲੇ ਤਾਂ ਮੁੰਡੇ ਸੀਗੇ, ਵੀ ਜੇ ਤੂੰ ਵਿਆਹ ਤੇਰਾ ਕਿਤੇ ਹੋਰ ਹੁੰਦਾ ਤਾਂ ਕਰਾ ਲਾ, ਮੈਨੂੰ ਬਹੁਤ ਖੁਸ਼ੀ ਹੋਊਗੀ। ਤੂੰ ਉਹ ਨਾ ਸੋਚੀ ਕਿ ਵੀ ਮੈਂ ਜੱਟ ਦੇ ਆ ਕੇ ਅਤੇ ਮੈਂ ਬੜੀ ਦੁਖੀ ਹੋ ਗਈ ਅਤੇ ਮੇਰੀ ਜ਼ਿੰਦਗੀ ਖਰਾਬ ਹੋ ਗਈ। ਸੋ ਉਸ ਲੜਕੀ ਨੇ ਜਿਹੜੀ ਚਿੱਠੀ ਮੈਨੂੰ ਲਿਖੀ ਵੀ ਇੱਕ ਕਿਸਮ ਦਾ ਮੇਰੇ ਵਾਸਤੇ ਬੜੀ ਵੱਡੀ ਇੰਸਪੀਰੇਸ਼ਨ ਸੀ ਜਾਂ ਉਹ ਮੇਰੇ ਵਾਸਤੇ ਬਹੁਤ ਵੱਡੀ ਇੱਕ ਹਲਾਸ਼ੇਰੀ ਸੀਗੀ। ਤਾਂ ਉਹ ਲਿਖਦੀ ਆ ਵੀ ਗਰੇਵਾਲ ਸਾਹਿਬ ਹੁਣ ਤਾਂ ਗੱਡੀ ਦਾ ਟਿਕਟ ਲੈ ਲਿਆ, ਚਾਹੇ ਮੈਂ ਖੜ੍ਹ ਕੇ ਸਫ਼ਰ ਕਰਾਂ ਚਾਹੇ ਬਹਿ ਕੇ, ਗੱਡੀ ਤਾਂ ਇਸੇ 'ਚ ਹੀ ਸਫ਼ਰ ਕਰੂੰਗੀ, ਲੇਕਿਨ ਤੁਸੀਂ ਦੇਖੋ ਕਿ ਆਪਣੀ ਜਿਹੜੀ ਇਹ ਜੋੜੀ ਆ ਇੰਨੀ ਕਾਮਯਾਬ ਹੋਊਗੀ ਕਿ ਪੰਜਾਬ ਤਾਂ ਛੱਡ ਕੇ ਕੀ ਹਿੰਦੁਸਤਾਨ ਕੀ ਬਾਹਰਲੇ ਮੁਲਕਾਂ ਵਿੱਚ ਵੀ ਇਹਦੀਆਂ ਧੁੰਮਾਂ ਪੈਣਗੀਆਂ। ਔਰ ਤੁਸੀਂ ਬਿਲਕੁਲ ਬੇਫਿਕਰ ਹੋ, ਮੈਂ ਭਾਵੇਂ ਦੀ ਟਰੱਕਾਂ ਵਾਲਿਆਂ ਦੀ ਕੁੜੀਆਂ, ਲੇਕਿਨ ਮੈਂ ਇੱਕ ਸਾਬਤ ਕਰ ਦੂੰਗੀ ਕਿ ਜੇ ਕੋਈ ਵੀ ਕਿੱਤੇ ਦੀ ਕੁੜੀ ਹੋਵੇ, ਕੋਈ ਵੀ ਬੰਦਾ ਹੋਵੇ, ਜੇ ਉਹ ਚਾਹੇ ਤਾਂ ਉਹ ਡੈਡੀਕੇਸ਼ਨ ਡਿਵੋਸ਼ਨ ਦੇ ਨਾਲ ਕਿਤੇ ਕਿਤੇ ਪਹੁੰਚ ਜਾਂਦਾ। ਸੋ ਜੀ, ਸਾਡਾ ਵਿਆਹ ਹੋ ਗਿਆ ਔਰ ਉਸ ਲੜਕੀ ਨੂੰ ਜਿਹਨੂੰ ਇਹ ਵੀ ਨਹੀਂ ਸੀ ਪਤਾ ਕਿ ਕਣਕ ਕਿਵੇਂ ਹੁੰਦੀ ਲੱਗਦੀ ਆ ਅਤੇ ਆਲੂ ਕਿੱਥੇ ਲੱਗਦੇ ਨੇ, ਉਸ ਨੇ ਚਾਹੁਣ ਤੋਂ ਬਾਅਦ ਮੇਰੇ ਨਾਲ ਇਹੋ ਜਿਹਾ ਕੰਮ ਕੀਤਾ। ਮੁਰਗੀਖਾਨਾ ਉਹਨੇ ਚਲਾਇਆ, ਗੌਰਮੈਂਟ ਉਹਨੇ ਪਾਸ ਕੀਤਾ, ਚੂਚੇ ਸਾਰੇ ਪੰਜਾਬ 'ਚ ਉਹਨੇ ਭੇਜੇ, ਫਿਰ ਉਹਨੇ ਮੱਖੀਆਂ ਪਾਲੀਆਂ, ਜਿਹਦਾ ਕਿ ਦੂਸਰੇ ਨੂੰ ਕਿ ਅਸਰ ਇੰਨਾ ਕਿ ਜੰਗ ਬਲੱਡ ਜਿਹੜਾ ਉਹ ਉਸ ਦੇ ਵਿੱਚ ਸਹਿਮਤ ਹੈ। ਮੇਰੇ ਬੱਚਿਆਂ ਨੇ ਇਹ ਕੰਮ ਸ਼ੁਰੂ ਕੀਤਾ, ਉਹ ਮੱਖੀਆਂ ਵੇਚ ਕੇ ਉਹਨਾਂ ਨੇ ਸਕੂਟਰ ਲਿਆ ਮੱਖੀਆਂ ਤੋਂ, ਇਨਕਰੇਜਮੈਂਟ ਮਿਲੀ, ਇਹਨਾਂ ਦੇ ਦੋਸਤਾਂ ਨੇ ਕੰਮ ਕੀਤਾ, ਬੜਾ ਅੱਛਾ ਇੰਪੈਕਟ ਪਿਆ। ਉਸ ਤੋਂ ਬਾਅਦ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਕਿ 1999 ਵਿੱਚ ਉਸ ਲੜਕੀ ਨੂੰ ਪੰਜਾਬ ਗੌਰਮੈਂਟ ਨੇ ਪੰਜਾਬ ਦਾ ਹਾਈਐਸਟ ਅਵਾਰਡ ਜਿਹੜਾ ਹੈ ਉਹ ਦੇਣ ਵਾਸਤੇ ਸਿਲੈਕਟ ਕੀਤਾ ਔਰ ਉਸੇ ਦਿਨ ਮੈਨੂੰ ਵੀ ਅਵਾਰਡ ਮਿਲ ਰਿਹਾ, ਉਸੇ ਦਿਨ ਉਹਨੂੰ ਮਿਲ ਰਿਹਾ 15 ਅਗਸਤ ਨੂੰ ਗਵਰਨਰ ਦੇ ਰੇ ਦੇ ਹੱਥੀਂ ਔਰ ਉਹਦੇ ਵਿੱਚ ਆ ਕੇ ਕਿਸਮ ਦਾ ਉਹਨੂੰ ਮਿਲ ਰਿਹਾ ਮਾਹਰ ਕਿੱਤਾਕਾਰ, ਜਿਹੜੀ ਲੜਕੀ ਨੂੰ ਪਤਾ ਹੀ ਨਹੀਂ ਸੀ ਉਹਨੂੰ ਮਾਹਰ ਦੇ ਤੌਰ 'ਤੇ ਮਿਲ ਰਿਹਾ, ਮੈਨੂੰ ਇੱਕ ਸਾਇੰਟੀਫਿਕ ਫਾਰਮਰ ਦੇ ਤੌਰ 'ਤੇ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜਿਵੇਂ ਸਾਡੇ ਕੋਲ ਯੂਨੀਵਰਸਿਟੀ ਸੀਗੀ, ਇੱਥੇ ਦੇ ਸਾਇੰਟਿਸਟ ਸੀਗੇ, ਡਿਪਾਰਟਮੈਂਟ ਐਗਰੀਕਲਚਰ ਸੀਗੀ, ਮੇਰੇ ਹੋਰ ਅੱਛੇ ਫਾਰਮਰ ਪ੍ਰੋਗਰੈਸਿਵ ਸੀਗੇ ਔਰ ਸਭ ਤੋਂ ਵੱਡਾ ਜਿਹੜਾ ਦੇਣ ਹੈ ਜਿੱਥੇ ਅਸੀਂ 24 ਘੰਟੇ ਇੱਕ ਮਕਾਨ 'ਚ ਰਹਿੰਦੇ ਸੀਗੇ ਉਹਦਾ ਜਿਹੜਾ ਸਹਿਯੋਗ ਸੀਗਾ, ਜਿਹਨੇ ਕਿ ਮੈਂ ਕਾਮਯਾਬੀ ਮੈਨੂੰ ਸਾਨੂੰ ਦੋਨਾਂ ਨੂੰ ਬਲਕੇ ਮਿਲੀ ਹੈ ਔਰ ਸਾਨੂੰ ਗਾਹਾਂ ਹੁਣ ਸਾਰੀ ਫੈਮਿਲੀ ਨੂੰ ਕਾਮਯਾਬੀ ਪ੍ਰਾਪਤ ਹੋਈ ਆ ਔਰ ਉਹਦੇ ਸਿਰ ਮੁੱਖ ਸਿਰਾ ਉਹਦੇ ਸਿਰ ਜਾਂਦਾ। ਤੁਸੀਂ ਗੱਲ ਕੀਤੀ ਹੈ ਕਿ ਵੀ ਦੋ ਫਸਲਾਂ 'ਚੋਂ ਨਿਕਲ ਕੇ ਤੁਸੀਂ ਕਿਵੇਂ ਆਏ ਅਤੇ ਹੁਣ ਤੁਸੀਂ ਕਿੱਥੇ ਪਹੁੰਚੇ ਹੋ? ਕਲਸੀ ਸਾਹਿਬ, ਇਹਦੇ ਵਿੱਚ ਤਾਂ ਇਹ ਹੈ ਕਿ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਪਹਿਲਾਂ ਸਾਡੇ ਕੋਲ ਜਿਵੇਂ ਕਿਸੇ ਵੀ ਕਿੱਤੇ ਵਿੱਚ ਆਉਂਦਾ ਹੈਗਾ, ਚਾਹੇ ਕਿ ਨੌਕਰੀ ਪੇਸ਼ਾ ਹੀ ਆ, ਜਿਵੇਂ ਕਹਿੰਦੇ ਵੀ ਉਹਦੀ ਡਿਟਰਮੀਨੇਸ਼ਨ, ਡੈਡੀਕੇਸ਼ਨ, ਡਿਵੋਸ਼ਨ, ਪਲੈਨਿੰਗ, ਮੈਨੇਜਮੈਂਟ ਅਤੇ ਖੇਤੀਬਾੜੀ 'ਚ ਆ ਕੇ ਐਫੀਸ਼ੀਐਂਟ ਮਾਰਕੀਟਿੰਗ, ਇਹ 6 ਚੀਜ਼ਾਂ ਜਿਹੜੇ ਫਾਰਮਰ ਨੂੰ ਆਉਂਦੀਆਂ ਨੇ ਉਹ ਕਿੱਤੇ ਦੇ ਵਿੱਚ ਉਹਨੇ ਕਾਮਯਾਬੀ ਲੈਣੀ ਹੋਈ ਲੈਣੀ ਆ। ਦੂਸਰੀ ਗੱਲ ਇਹ ਆ ਕਿ ਹੁਣ ਐਡੀ ਵੱਡੀ ਸਮੱਸਿਆ ਆ ਚੁੱਕੀ ਆ ਗ੍ਰੀਨ ਰੈਵੋਲਿਊਸ਼ਨ ਦੇ ਰਾਹੀਂ ਜਾਂ ਕਣਕ ਅਤੇ ਝੋਨੇ ਦੇ ਚੱਕਰ ਦੇ ਕਰਕੇ ਕਿ ਸਾਨੂੰ ਬਹੁਤ ਵੱਡੀ ਸਾਡੀ ਜਿਹੜੀ ਆ ਪ੍ਰੋਡਿਊਸ ਉਹ ਇੰਨੀ ਜ਼ਿਆਦਾ ਉਹਦੇ 'ਚ ਰੈਜੀਡਿਊਲ ਇਫੈਕਟ ਹੋ ਗਿਆ ਹੈ ਦਵਾਈਆਂ ਦਾ, ਖਾਦਾਂ ਦਾ, ਕਿ ਉਹ ਕਿਤੇ ਵੀ ਜਾਂਦੀ ਪਸੰਦ ਨਹੀਂ ਕੀਤੀ ਜਾਂਦੀ ਹੈਗੀ, ਖਾਸ ਕਰਕੇ ਪੰਜਾਬ ਹਰਿਆਣੇ ਦੀ। ਅਤੇ ਇਹਦੇ ਵਿੱਚ ਆ ਕੇ ਫਿਰ ਸਾਨੂੰ ਸੋਚਣਾ ਪਿਆ ਕਿ ਵੀ ਅਸੀਂ ਕਿਵੇਂ ਕਰੀਏ ਔਰ ਉਸ ਨੂੰ ਜਿਹੜਾ ਕੋਈ ਮੈਂ ਕੀਤਾ, ਮੈਂ ਅਖਬਾਰਾਂ ਰਾਹੀਂ, ਆਪਣੇ CDs ਰਾਹੀਂ, ਵੀਡੀਓ ਰਾਹੀਂ, ਲੈਕਚਰਾਂ ਰਾਹੀਂ, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ, ਮੈਂ ਇਹਨੂੰ ਆਪਣੀ ਨੂੰ ਸਾਰੀ ਟੈਕਨੋਲੋਜੀ ਫਾਰਮਰ ਤੱਕ ਭੇਜ ਰਿਹਾ ਹੈਗਾ ਔਰ ਕਲੱਬਾਂ ਰਾਹੀਂ ਵੀ ਅਸੀਂ ਬਣਾਈਆਂ ਨੇ, ਅਸੀਂ ਕੁਛ ਕਲੱਬਾਂ ਜਿਨ੍ਹਾਂ ਦੇ ਮੇਰੀ ਸਰਪ੍ਰਸਤੀ ਵੀ ਚੱਲ ਰਹੀਆਂ ਨੇ ਉਹਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਲਿਆ ਹੈਗਾ ਔਰ ਜਿਹੜੀਆਂ ਦੋ ਫਸਲਾਂ ਦੀ ਬਜਾਏ ਮੈਂ ਦੇਖਿਆ ਵੀ ਅਸੀਂ 4 ਫਸਲਾਂ ਵੀ ਲੈ ਸਕਦੇ ਹਾਂ ਔਰ ਉਹਦੇ ਵਿੱਚ ਜਾ ਕੇ ਕੋਈ ਫਸਲ 'ਚ ਮਾੜਾ ਮੋਟਾ ਕਿਤੇ ਘਾਟਾ ਵਾਧਾ ਵੀ ਹੋ ਜਾਂਦਾ, ਫਿਰ ਵੀ ਅਸੀਂ ਦੂਜੀਆਂ ਦੋ ਫਸਲਾਂ ਕਿਤੇ ਅੱਛੇ ਰਹਿ ਜਾਂਦੇ ਹਾਂ। ਹੁਣ ਜਿਵੇਂ ਆਪਾਂ ਜਿੱਥੇ ਖੜ੍ਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਪਹਿਲਾਂ ਘੀਆ ਕੱਦੂ ਦੇ ਨਾਲ ਮੱਕੀ ਲਈ ਸੀ, ਅਸੀਂ ਦੋ ਫਸਲਾਂ ਇਕੱਠੀਆਂ ਹੀ
ਔਰ ਉਹ ਜਿਹੜੀਆਂ ਸਾਡੀਆਂ ਫਸਲਾਂ ਸੀ ਤਕਰੀਬਨ 20-22 ਹਜ਼ਾਰ ਰੁਪਈਆ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਦੋ ਫਸਲਾਂ ਨੇ ਰਲ ਕੇ। ਇਸੇ ਤਰ੍ਹਾਂ ਜਿੱਥੇ ਆਪਾਂ ਹੁਣ ਖੜ੍ਹੇ ਹਾਂ ਇਹਨਾਂ ਥਾਂ 'ਤੇ ਫਿਰ ਅਸੀਂ ਦੋ ਫਸਲਾਂ ਲਈਆਂ, ਇੱਕ ਆਲੂ ਦੀ ਲਈ, ਆਲੂ ਵਿੱਚ ਅਸੀਂ ਆ ਗਾਜਰ ਜਿਹੜੀ ਹੁਣ ਆਪਾਂ ਦੇਖ ਰਹੇ ਹਾਂ ਇਹ ਅਸੀਂ ਲਾਈ, ਔਰ ਪਿੱਛੇ ਟਰੈਕਟਰ ਜਿਹੜਾ ਹੈਗਾ ਸਾਡਾ ਉਹ ਆਲੂ ਦੀ ਪਟਾਈ ਕਰ ਰਿਹਾ, ਜਿਵੇਂ ਇਹਦੇ ਵਿੱਚ ਵੀ ਅਸੀਂ ਆ ਕੇ ਮਤਲਬ ਦੋ ਫਸਲਾਂ ਬਣਦੀਆਂ। ਇਹ ਵੀ ਕਾਫੀ ਅੱਛੀ ਬਹੁਤ ਕੀਮਤ ਦਿੰਦੀਆਂ ਨੇ ਕੰਪੈਰੇਟਿਵਲੀ ਵੀਟ ਦੇ ਨਾਲੋਂ, ਉਹ ਇੱਕ ਫਸਲ ਰਹਿੰਦੀ ਹੈ ਦੋ ਹੋ ਜਾਂਦੀਆਂ ਨੇ, ਔਰ ਇਸ ਤਰ੍ਹਾਂ ਅਸੀਂ ਲੈ ਲੈਂਦੇ ਹਾਂ। ਬਾਕੀ ਅਸੀਂ ਹੁਣ ਇਹ ਦੇਖਣਾ ਕਿ ਅਸੀਂ ਆਪਦੇ ਖਰਚੇ ਕਿਵੇਂ ਘਟਾਉਣੇ ਆ, ਦਵਾਈਆਂ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ, ਉਹਦੇ ਵਾਸਤੇ ਅਸੀਂ ਔਰਗੈਨਿਕ ਮਨਿਓਰ ਨੂੰ ਇਸਤੇਮਾਲ ਕਰਨ ਲੱਗੇ ਹਾਂ, ਖਰਚੇ ਘਟਾਉਣ ਵਾਸਤੇ ਅਸੀਂ ਇੱਕ ਫਸਲ ਦੇ ਵਿੱਚ ਦੂਸਰੀ ਫਸਲ ਲਾਉਂਦੇ ਹਾਂ, ਉਹਦੇ 'ਚ ਜਿਹੜੀਆਂ ਨਦੀਨ ਨਾਸ਼ਕ ਦਵਾਈਆਂ ਨੇ ਉਹਨਾਂ ਦੀ ਵਰਤੋਂ ਅਸੀਂ ਘੱਟ ਕਰਦੇ ਹਾਂ, ਜਿਹੜਾ ਹੁਣ ਗਾਜਰ ਆ ਜਿਵੇਂ ਕੋਈ ਰਿਓ ਨਹੀਂ ਪਾਉਣਾ ਇਹਦੀ ਅਸੀਂ ਘੱਟ ਕਰਦੇ ਹਾਂ, ਕੋਸਟ ਆਫ ਪ੍ਰੋਡਕਸ਼ਨ ਅਸੀਂ ਘਟਾ ਰਹੇ ਹਾਂ, ਕੁਆਲਿਟੀ ਪ੍ਰੋਡਕਸ਼ਨ ਵਧਾ ਰਹੇ ਹਾਂ, ਐਫੀਸ਼ੀਐਂਟ ਮਾਰਕੀਟਿੰਗ ਦੇ 'ਤੇ ਪੂਰਾ ਜ਼ੋਰ ਦੇ ਰਹੇ ਹਾਂ, ਔਰ ਇਸੇ ਕਰਕੇ ਮੇਰੀ ਇਹ ਛੋਟੀ ਜਿਹੀ ਫਾਰਮ ਇੱਕ ਕਿਸਮ ਜੇ ਕਹਿ ਲਈਏ ਕਿ ਬਹੁਤ ਵੱਡੀ ਫਾਰਮ ਦਾ ਮੁਕਾਬਲਾ ਕਰਦਾ, ਅਤੇ ਕੋਈ ਇਹ ਗਲਤ ਗੱਲ ਨਹੀਂ ਹੈਗੀ, ਮੈਂ ਬੇਸ਼ੱਕ ਆਪਦੇ ਮੂੰਹੋਂ ਕਹਿਣਾ ਨਹੀਂ ਚਾਹੀਦਾ, ਲੇਕਿਨ ਇਹ ਫਸਲ ਇੱਕ ਜਿਹੜੀ ਮੇਰੀ ਹੈ ਆਮ ਕਰਕੇ ਇਹਨੂੰ ਮਿੰਨੀ ਯੂਨੀਵਰਸਿਟੀ ਵੀ ਕਹਿੰਦੇ ਨੇ, ਮਹਿੰਦਰ ਸਿੰਘ ਗਰੇਵਾਲ ਨੂੰ ਡਾਕਟਰ ਵੀ ਕਹਿੰਦੇ ਨੇ, ਹਾਲਾਂਕਿ ਮੈਂ 10 ਜਮਾਤਾਂ ਪੜ੍ਹਿਆ, ਮਹਿੰਦਰ ਸਿੰਘ ਗਰੇਵਾਲ ਕੋਲ ਕੋਈ ਨਾ ਕੋਈ ਫੋਨ ਕਦੇ ਮੁਕਤਸਰ ਤੋਂ ਆ ਗਿਆ, ਕਦੇ ਕਿਤੋਂ ਆ ਗਿਆ, ਆਉਂਦਾ ਹੀ ਰਹਿੰਦਾ ਹੈਗਾ, ਮਹਿੰਦਰ ਸਿੰਘ ਗਰੇਵਾਲ ਕੋਲ ਸਟੂਡੈਂਟਸ ਆਉਂਦੇ ਨੇ, ਹੁਣ 27 ਨੂੰ PAU ਤੋਂ ਸਟੂਡੈਂਟਸ ਨੇ ਆਉਣਾ, ਇਸ ਤੋਂ ਬਾਅਦ ਮੇਰੇ ਕੋਲ ਇੱਕ ਯੰਗ ਫਾਰਮਰ ਕਲੱਬ ਕਲਾਸ ਚੱਲ ਰਹੀ ਹੈ PAU ਦੇ ਵਿੱਚ, ਉਹ ਆ ਰਹੇ ਆ ਬਾਹਰੋਂ ਗੁਜਰਾਤ ਤੋਂ ਆ ਗਏ, ਮੇਰੇ ਕੋਲ ਇੱਕ ਕਿਸਮ ਦਾ ਤਨਤਾ ਵੱਜਿਆ ਰਹਿੰਦਾ ਆਉਣ ਜਾਣ ਵਾਲਿਆਂ ਦਾ, ਔਰ ਬੜੀ ਹੋਈ ਖੁਸ਼ੀ ਹੁੰਦੀ ਆ ਜਦੋਂ ਮੈਂ ਆਪਣੇ ਐਕਸਪੀਰੀਅੰਸ ਆਪਣੀ ਜਦੋਂ ਚੀਜ਼ਾਂ ਮੈਂ ਉਹਨਾਂ ਨਾਲ 100% ਦੀ ਆਈਵਨ ਆਪ ਤੋਂ ਮੰਡੀਕਰਨ ਤੱਕ ਸ਼ੇਅਰ ਕਰਦਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਆ, ਮੈਂ ਇੱਕ ਕਿਸਮ ਦਾ ਸੁਸਾਇਟੀ ਦਾ ਆਪਣੀ ਹਿਊਮੈਨਿਟੀ ਦਾ ਇੱਕ ਕਿਸਮ ਦਾ ਮੈਂ ਬਹੁਤ ਜ਼ਿਆਦਾ ਹੀ ਮੈਂ ਸੇਵਾ ਕਰਕੇ ਮੈਨੂੰ ਖੁਸ਼ੀ ਪ੍ਰਾਪਤ ਹੁੰਦੀ।